ਪੰਜਾਬ ਸਰਕਾਰ ਦੇ ਵੱਲੋਂ ਮੰਗਾ ਨਾ ਪੂਰੀਆ ਕਰਨ ਤੇ ਕਿਸਾਨ ਜਥੇਬੰਦੀਆਂ ਪੜਕੀਆਂ ਹੋਈਆਂ ਨੇ ਤੇ ਜਿਸ ਨੂੰ ਲੈ ਕੇ ਹੁਣ ਸਰਵਨ ਸਿੰਘ ਪੰਦੇੜ ਦਾ ਇੱਕ ਵੱਡਾ ਅਪੀਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ 20 ਨਵੰਬਰ ਨੂੰ ਜਿਹੜੀ ਕਿਸਾਨ ਜਥੇਬੰਦੀਆਂ ਇਕੱਤਰ ਹੋਣਗੀਆਂ ਤੇ ਵੱਡਾ ਇਕੱਠਾ ਜਿਹੜਾ ਕੀਤਾ ਜਾਵੇਗਾ ਤੇ ਐਸ.ਡੀ.ਐਮ ਦਫ਼ਤਰ ਦਾ ਘਰਾਓ ਜਿਹੜਾ ਕੀਤਾ ਜਾਵੇਗਾ ਤੇ ਸਰਕਾਰ ਦੇ ਖਿਲਾਫ ਹੱਲਾ ਵੀ ਜਿਹੜਾ ਬੋਲਿਆ ਜਾਵੇਗਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਆਪਣਾ ਅਣਦੇਖਾ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਵਾਅਦੇ ਉਹ ਵੀ ਪੂਰੇ ਨਹੀਂ ਕੀਤੇ ਜਾ ਰਹੇ ਤੇ ਜਿਸ ਤੋਂ ਬਾਅਦ ਲਗਾਤਾਰ ਸਵਾਲਾਂ ਦੇ ਵਿੱਚ ਸਰਕਾਰ ਕਿਰਿਓ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸਰਵਣ ਸਿੰਘ ਪੰਦੇੜ ਦਾ ਕੀ ਕਹਿਣਾ ਗੱਲਬਾਤ ਅੱਜ ਅਸੀਂ ਕਰਾਂਗੇ ਪੀ ਜਿਹੜਾ ਆਉਣ ਵਾਲੇ ਸਮੇਂ 'ਚ ਮੋਰਚਾ ਆਪਾਂ ਲਾਉਣਾ ਵਾ ਉਸ ਮੋਰਚੇ ਦਾ ਸਾਡਾ ਮਨੋਰਥ ਕੀ ਆ ਉਹਦੀ ਮੇਨ ਵਜ੍ਹਾ ਕੀ ਆ ਔਰ ਹੁਣ ਮੌਕੇ ਤੇ ਕੇਂਦਰ ਜਾਂ ਪੰਜਾਬ ਦੀ ਸਰਕਾਰ ਦਾ ਕੀ ਰੁਖ ਰਵਈਆ ਵਾ ਔਰ ਇਸ ਵਾਲੇ মিডিਆ ਜਿਹੜਾ ਵਾ ਉਹ ਕਿਸ ਕਿਸਮ ਦੇ ਫੈਸਲੇ ਜਿਹੜਾ ਸਰਕਾਰ ਦੇ ਹੱਥਾਂ 'ਚ ਖੇਡਦਾ ਹੈਗਾ ਜਿਹਨੂੰ ਅਸੀਂ ਗੋਦੀ মিডিਆ ਕਹਿੰਨੇ ਆ ਪੀ ਉਹ ਕਿਸ ਕਿਸਮ ਦੇ ਫੈਸਲੇ ਕਰਦਾ ਹੈਗਾ ਸਾਡਾ ਵੱਡਾ ਔਰ ਮੇਨ ਐਸ ਵੇਲੇ ਜਿਹੜਾ ਇਸ਼ੂ ਕਰੰਟ ਚੱਲ ਰਿਹਾ ਹੈਗਾ ਉਹ ਹੈਗਾ ਪਰਾਲੀ ਦਾ ਐਸ ਵੇਲੇ ਹਵਾ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹ ਬਹੁਤ ਜ਼ਿਆਦਾ ਵਾ ਪੰਜਾਬ ਦੇ ਅੰਦਰ ਤਾਂ ਨਹੀਂ ਅਸਲ ਵਿੱਚ ਮਹਾਨਗਰ ਜਿਹੜਾ ਦਿੱਲੀ ਆ ਉਹਦੇ ਅੰਦਰ ਉਹਦੀ ਹਵਾ ਕਹਿੰਦੇ ਆ ਇੰਨੀ ਜ਼ਿਆਦਾ ਗੰਦੀ ਹੋ ਗਈ ਆ ਵੀ ਉਹ ਜਿਹੜੀ ਉੱਥੇ ਸਾਹ ਲੈਣਾ ਮੁਸ਼ਕਲ ਹੋ ਰਿਹਾ ਵਾ ਆ ਕੁਝ ਕੁ ਹਰਿਆਣੇ ਦੇ ਵੀ ਸ਼ਹਿਰ ਹੈਗੇ ਆ ਉਵੇਂ ਇਹ ਮਸਲਾ ਪੂਰੇ ਦੇਸ਼ ਵਿੱਚ ਸਾਡੇ ਹੈਗਾ ਵੀ ਸਾਡੇ ਜਿਹੜੇ ਪ੍ਰਦੂਸ਼ਣ ਨੂੰ ਲੈ ਕੇ ਵੱਡੇ ਸ਼ਹਿਰ ਨੇ ਉਹਨਾਂ ਦੇ ਹਾਲਾਤ ਕੋ ਚੰਗੇ ਨਹੀਂ ਹੈਗੇ ਦਿੱਲੀ ਵਾਲਾ ਜ਼ਿਆਦਾ ਇਸ ਵੇਲੇ ਜਾ ਰਿਹਾ ਹੈਗਾ ਔਰ ਦੂਜਾ ਵੱਡਾ ਨੁਕਤਾ ਵੀ ਦਿੱਲੀ ਦੀ ਹਵਾ ਪ੍ਰਦੂਸ਼ਣ ਦਾ ਇਲਜ਼ਾਮ ਜਿਹੜਾ ਗੋਦੀ ਮੀਡੀਆ ਵਾ ਉਹ ਪੰਜਾਬ ਦਾ ਵੀ ਸਰਕਾਰੀ ਮੀਡੀਆ ਜਿਹੜਾ ਸਰਕਾਰ ਦੇ ਹੱਥਾਂ 'ਚ ਖੇਡਦਾ ਵਾ ਉਹ ਪੰਜਾਬੀ ਕਿਸਾਨਾਂ ਤੇ ਲੰਦਾ ਹੈਗਾ ਉਹ ਵੀ ਥਰੂਆਊਟ ਪੂਰੇ ਦੇਸ਼ ਦੇ ਵਿੱਚ ਇੱਕ ਪਰਸੈਪਸ਼ਨ ਇੱਕ ਧਾਰਨਾ ਬਣਾਈ ਗਈ ਆ ਓਵਰਰੋਲ ਚਾਹ ਪੰਜਾਬ ਦਾ ਹਰਿਆਣਾ ਦਾ ਕਿਸੇ ਦਾ ਵੀ ਜੁਪੀ ਦਾ ਕਿਤੋਂ ਦਾ ਵੀ ਕਿਸਾਨ ਹੋਵੇ ਵੀ ਕਿਸਾਨਾਂ ਦੀ ਪਰਾਲੀ ਨੂੰ ਅੱਗ ਲਾਉਣ ਕਰਕੇ ਹੀ ਇਹ ਸਮੱਸਿਆ ਖੜ ਰਹੀ ਆ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਆ ਇਹ ਹੀ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਅਸੀਂ ਇਹ ਤਰਕ ਦਿੰਦੇ ਰਹੇ ਤੁਸੀਂ ਵੀ ਕਮੈਂਟ ਕਰਿਓ ਤੁਸੀਂ ਵੀ ਵਿਚਾਰ ਦਿਓ ਸਾਡੀ ਗੱਲ ਤੁਹਾਨੂੰ ਗਲਤ ਲੱਗਦੀ ਆ हां ਕਿਸਾਨੀ ਖੇਤਰ ਵਾਲੇ ਬੰਦੇ ਇਹ ਗੱਲ ਕਹਿ ਸਕਦੇ ਆ ਵੀ ਤੁਸੀਂ ਕਿਸਾਨੀ ਨਾਲ ਜੁੜੇ ਹੋਏ ਹੋ ਤਾਂ ਤੁਹਾਡੀ ਗਲਤ ਆ हां ਜਿਹੜੇ ਕਿਸਾਨੀ ਨਾਲ ਨਹੀਂ ਵੀ ਜੁੜੇ ਹੋਏ ਸ਼ਹਿਰਾਂ ਦੇ ਲੋਕ ਨੇ ਹੋਰ ਮੈਂ ਕਹਿੰਦਾ ਕਿਉਂ ਨਹੀਂ ਇੰਡਸਟਰੀ ਵਾਲੇ ਨੇ ਉਹ ਤਰਕ ਤਾਂ ਦਿਨ ਲਿਖ ਕੇ ਵੀ ਕੀ ਕੀ ਤਰਕ ਆ ਉਹਨਾਂ ਦਾ ਅਸੀਂ ਜਦੋਂ ਕਹਿੰਨੇ ਆ ਵੀ ਇਹ ਆਕੜੇ ਸਾਡੇ ਨਹੀਂ ਹੈਗੇ ਇਹ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੇ ਆਕੜੇ ਹੈਗੇ ਆ ਵੀ 51% 100 ਦੇ ਵਿੱਚੋਂ ਪ੍ਰਦੂਸ਼ਣ ਜੜਾ ਵਾ ਉਹ ਉਹ ਇੰਡਸਟਰੀ ਕਰਦੀ ਹੈਗੀ ਹਵਾ ਦੇ ਵਿੱਚ ਪ੍ਰਦੂਸ਼ਣ ਔਰ ਇੰਡਸਟਰੀ ਦਾ ਧੂਆਂ ਸਾਲ ਭਰ ਨਿਕਲਦਾ ਦਾ ਐਸ ਵੇਲੇ ਜਦੋਂ ਪਰਾਲੀ ਨੂੰ ਮਜਬੂਰੀ ਕਰਨ ਅੱਗ ਵੀ ਲੱਗ ਰਹੀ ਆ ਤਾਂ ਉਹ ਵੀ ਉਸ ਸਮੇਂ ਵੀ ਇੰਡਸਟਰੀ ਜਿਹੜੀ ਆ ਹਵਾ ਦੇ ਵਿੱਚ ਧੂਆਂ ਫਲਾ ਰਹੀ ਹੈ ਇੰਡਸਟਰੀ ਦੇ ਬਹੁਤ ਸਾਰੇ ਹੋਣਗੇ ਇਹਦੇ ਵਿੱਚੋਂ ਮੇਨ ਕਾਰਪੋਰੇਟ ਦੀ ਇੰਡਸਟਰੀ ਹੈਗੀ ਆ ਔਰ 25% ਆਵਾਜਾਈ ਦੇ ਸਾਧਨ ਉਹਦੇ ਵਿੱਚ ਅਸੀਂ ਵੀ ਉਹ ਸਾਧਨਾਂ ਦੀ ਵਰਤੋਂ ਕਰਦੇ ਆਂ ਅਸੀਂ ਵੀ ਤੇ ਆਮ ਸਮਾਜ ਵਿਚਾਰ ਰਹੇ ਹਾਂ ਅਸੀਂ ਨਹੀਂ ਕਹਿੰਦੇ ਇੱਕ ਹੋਰ ਰੀਜਨ ਹੈਗੇ ਆ 6-7% ਤੁਹਾਡੇ ਰਸੋਈ ਅਸੀਂ ਜਿਹੜਾ ਇੰਧਣ ਵਾਲਦੇ ਆ ਘਰਾਂ ਦੇ ਵਿੱਚ ਹੋਰ ਰੀਜਨ ਹੈਗੇ ਆ ਤਾਂ ਜਿਹੜੀ ਇਸ ਵਾਰੇ ਲੇਟੈਸਟ ਮੌਕੇ ਦੀ ਖੋਜ ਆ ਉਹ ਪਰਾਲੀ ਦੇ ਵਿੱਚੋਂ ਕੁੱਲ ਪ੍ਰਦੂਸ਼ਣ ਦਾ 3/3% ਹੀ ਕਹਿੰਦੀ ਹੈਗੀ ਆ ਤੋ ਫੇਰ ਫੇਰ ਅਸੀਂ ਕਹਿੰਨੇ ਤੁਸੀਂ ਵਿਚਾਰ ਚਰਚਾ ਕਰ ਲਓ ਸਾਡੇ ਨਾਲ ਇੱਕ ਵੱਡੀ ਕਿਉਂ ਨਾ ਮੀਟਿੰਗ ਸੱਦੀ ਜਾਵੇ ਦਿੱਲੀ 'ਚ ਚੰਡੀਗੜ੍ਹ 'ਚ ਇਵੇਂ ਦੇ ਸਰਕਾਰ ਚਰਚਾ ਕਰ ਲੇ ਵਿਚਾਰ ਚਰਚਾ ਕਰਕੇ ਵੇਖੀਏ ਵੀ ਕੌਣ ਦੋਸ਼ੀ ਆ ਇਸ ਵੇਲੇ ਮੌਕੇ ਮੁਤਾਬਕ ਵੀ ਕਿਹੜਾ ਦੋਸ਼ੀ ਆ ਹਵਾ ਦੇ ਪ੍ਰਦੂਸ਼ਣ ਚ ਇੱਕ ਪੱਖ ਹੋਰ ਕਲੀਅਰ ਕਰ ਜੀਏ ਹਵਾ ਦੇ ਪ੍ਰਦੂਸ਼ਣ ਵਿੱਚ ਅਸੀਂ ਨਹੀਂ ਚਾਹੁੰਦੇ ਵਾਧਾ ਹੋਵੇ ਅਸੀਂ ਪਰਾਲੀ ਨੂੰ ਅੱਗ ਵੀ ਨਹੀਂ ਲਾਉਣਾ ਚਾਹੁੰਦੇ ਠੀਕ ਆ ਮੈਂ ਹੁਣ ਦੂਜੀ ਗੱਲ ਕਰਨਾ ਚਾਹਾਂਗਾ ਇਸ ਵੇਲੇ ਜਿਹੜਾ ਪੰਜਾਬ ਦਾ ਪੰਜਾਬੀ মিডিਆ ਜਿਹੜਾ ਖੰਡ ਦਾ ਤੇ ਪੰਜਾਬੀਆਂ ਦਾ ਔਰ ਰਾਜ ਵੀ ਪੰਜਾਬੀਆਂ ਤੇ ਕਰਦਾ ਕਿਉਂਕਿ ਸਰਕਾਰ ਵੱਲੋਂ ਸਪான்ਸਰ ਆ ਉਹ ਯਤਨ ਕਰਦਾ ਵੀ ਅਸੀਂ ਇੱਕ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਵੀ ਕਿਸਾਨ ਦੀ ਮਜਬੂਰੀ ਆ ਅੱਗ ਲਾਉਣਾ ਪਰਾਲੀ ਨੂੰ ਅਸੀਂ ਇਹ ਵੀ ਕਹਿੰਨੇ ਆ ਵੀ ਜਿਹੜੀਆਂ ਇੱਕ ਵਾਰੀ ਕੰਪੈਨਡ ਵੱਢਦੀ ਆ ਜੇ ਉਹਦੇ ਬੁੱਥੇ ਕੱਟਰ ਨਾ ਨਾ ਵੱਡੇ ਜਾਣ ਇਹ ਸਾਡੇ ਕਿਸਾਨਾਂ ਨੂੰ ਅਪੀਲ ਆ ਔਰ ਉਤਲੀਆਂ ਜਿਹੜੀਆਂ ਪਾਲਾਂ ਵਾਂ ਜਿਹੜੀ ਕੰਪੈਨ ਤੇ ਥੋੜਾ ਜਿਹਾ ਨਿਕਲਦਾ ਵਾਪਕਾ ਬੁਝੇ ਉਹਨੂੰ ਅੱਗ ਲਾ ਕੇ ਕਣਕ ਬੀਜਣ ਦਾ ਯਤਨ ਕਰੀਏ ਤੇ ਕਣਕ ਬੀਜੀ ਜਾਊਗੀ ਹਾਂ ਸਬਜੀ ਵਾਲੇ ਦੀ ਅੱਡ ਸਮੱਸਿਆ ਹੈਗੀ ਆ ਔਰ ਉਹ ਵੀ ਜਦੋਂ ਕਿਤੇ ਮਜਬੂਰੀ ਚ ਅੱਗ ਲਾਉਣ ਦੀ ਲੋੜ ਪਏ ਤੇ ਜੇ ਹਵਾ ਛੜਕ ਵੱਲੋਂ ਹੋਵੇ ਤਾਂ ਉਹ ਅੱਗ ਨਾ ਲਾਈ ਜਾਵੇ ਕਿਉਂਕਿ ਉਹਦੇ ਨਾਲ ਫਿਰ ਛੜਕ ਦੇ ਉੱਤੇ ਧੂੰਆਂ ਹੋ ਜਾਂਦਾ ਤੇ ਕੋਈ ਐਕਸੀਡੈਂਟ ਕੋਈ ਵੀ ਅਸੀਂ ਨਹੀਂ ਚਾਹੁੰਦੇ ਕੋਈ ਜਾਨ ਜਾਵੇ ਕੀਮਤੀ ਠੀਕ ਹੈ ਜੀ ਇਸ ਕਿਸਮ ਦੀਆਂ ਸਮੱਸਿਆ ਆਉਂਦੀ ਆ ਔਰ ਦੂਸਰਾ ਹੁਣ ਇੱਕ ਘਟਨਾ ਬਠਿੰਡੇ ਠੋਈ ਉਹਨੂੰ ਆਧਾਰ ਬਣਾ ਕੇ ਸਾਨੂੰ ਖਲਨਾਇਕ ਬਣਾਇਆ ਗਿਆ ਅਰ ਜੜੀ ਹੁਣ ਕੋ ਅੱਗ ਲੱਗ ਰਹੀ ਆ ਤੇ ਜਿਹੜਾ ਪੰਜਾਬ ਦਾ ਕੋਦੀ মিডিਆ ਵਾ ਬੇਸ਼ੱਕ ਉਹਦੀ ਇਹ ਠੀਕ ਆ ਬਖਾਲਨਾ ਪਿਆ ਛੜਕਦੇ ਉੱਤੇ ਧੂਆਂ ਆ ਰਿਹਾ ਤੇ ਨੈਕਸੀਡੈਂਟ ਹੋ ਸਕਦਾ ਇਹ ਪੱਖੋਂ ਤਾਂ ਠੀਕ ਆ ਪਰ ਪਰਾਲੀ ਨੂੰ ਅੱਗ ਲੱਗਣ ਦਾ ਅਰ ਛੜਕਤੇ ਜਾ ਰਹੇ ਧੂਏ ਨੂੰ ਆਧਾਰ ਬਣਾ ਕੇ ਜਿਹੜੀ ਫਿਰ ਪਰਸਪੈਕਸ਼ਨ ਆਲ ਐਂਡ ਆਲ ਦੁਨੀਆ ਦੇ ਵਿੱਚ ਕਿਸਾਨਾਂ ਦੀ ਖਲਨਾ ਇੱਕ ਵਜੋਂ ਬਣਾਈ ਜਾ ਰਹੀ ਆ ਭਰਾਓ ਇੱਕ ਜ਼ਰੂਰੀ ਗੱਲ ਜਦੋਂ ਤੁਹਾਨੂੰ ਸਰਕਾਰਾਂ ਨੇ ਕੁੱਟਣਾ ਹੋਵੇ ਜਦੋਂ ਸਰਕਾਰਾਂ ਨੇ ਤੁਹਾਨੂੰ ਮੰਤਰੀ ਪਦਰ ਤੇ ਬਦਨਾਮ ਕਰਨਾ ਹੋਵੇ ਕਮੇ ਪਦਰ ਤੇ ਉਹ ਸਭ ਤੋਂ ਪਹਿਲਾਂ ਇਹ ਮੀਡੀਆ ਦੇ ਥਰੂ ਤੁਹਾਡੀ ਜਿਹੜੀ ਪਰਸਪੈਕਸ਼ਨ ਹੈ ਉਹ ਗਲਤ ਕਰਦੇ ਆ ਵੀ ਤੁਹਾਡੇ ਲੋਕਾਂ ਦੇ ਵਿੱਚ ਜਿਹੜੀ ਸਹਾਨੂੰ ਬੂਤੀ ਆ ਕਿਸਾਨ ਤੇ ਮਜ਼ਦੂਰ ਨਾਲ ਦੇਸ਼ ਦੇ ਲੋਕ ਬਹੁਤ ਮੁਹੱਬਤ ਕਰਦੇ ਆ ਬਹੁਤ ਪਿਆਰ ਕਰਦੇ ਆ ਔਰ ਉਹਨਾਂ ਦੇ ਨਾਲ ਸਹਿਮਤ ਹੁੰਦੇ ਆ ਉਹ ਜਦੋਂ ਮੀਡੀਆ ਵਿੱਚ ਪਰਸੈਪਸ਼ਨ ਬਣਾਉਣ ਦਾ ਯਤਨ ਕੀਤਾ ਜਾਂਦਾ ਇਹ ਇਹ ਇਹਦੇ ਨਾਲ ਉਹ ਜਿਹੜੀ ਤੋੜਨ ਦਾ ਯਤਨ ਕੀਤਾ ਜਾਂਦਾ ਦੂਸਰਾ ਹੁਣ ਹੁਣ ਜਿਹੜੀ ਮਸ਼ੀਨਰੀ ਸਰਕਾਰ ਨੇ ਵੰਡਣੀ ਆ ਜਿਹੜੀ ਸਭ ਤੋਂ ਆਪਣੇ ਆਪ 'ਚ ਦਾਵਾ ਕਰਦੀ ਭਗਵੰਤਬਾਨ ਦੀ ਵੀ ਸਾਡੇ ਨਾਲ ਦੁਨੀਆ 'ਚ ਕੋਈ ਇਮਾਨਦਾਰ ਸਰਕਾਰ ਨਹੀਂ ਹੁਣ ਇਹ ਇਹ ਪਹਿਲਾਂ ਕਾਂਗਰਸ ਦੀ ਸਰਕਾਰ ਵਿੱਚ ਵੀ ਇਹ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਵਿੱਚ ਵੀ ਜਿਹੜੀ ਖੇਤੀ ਨਾਲ ਸੰਬੰਧਿਤ ਮਸ਼ੀਨਰੀ ਆ ਉਹਦੇ ਵਿੱਚ ਕਪੜੇ ਹੋਣ ਦੀਆਂ ਖਬਰਾਂ ਰਹੀਆਂ ਨੇ ਔਰ ਹੁਣ ਇਹਨਾਂ ਦੀ ਸਰਕਾਰ ਵਿੱਚ ਵੀ ਇਹ ਮਸ਼ੀਨਾਂ ਦੇ ਵਿੱਚ ਵੀ ਕਪੜਾ ਹੋ ਰਿਹਾ ਅਸੀਂ ਓਪਨਲੀ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਓਪਨਲੀ ਮੰਤਰੀ ਦੀ ਮੀਟਿੰਗ ਵਿੱਚ ਇਹ ਗੱਲਾਂ ਜ਼ੋਰ ਨਾਲ ਚੱਕੀਆਂ ਵੀ ਜਿਹੜੀ ਸਬਸਿਡੀ ਤੁਸੀਂ ਜਿਹੜੀਆਂ ਫਰਮਾਂ ਦੇ ਥਰੂ ਸਾਨੂੰ ਦੇਂਦੇ ਜੇ ਉਹਨਾਂ ਦੀਆਂ ਕੀਮਤਾਂ ਬਾਜ਼ਾਰ 'ਚ ਜਿਹੜੀ ਮਸ਼ੀਨ ਮਿਲ ਰਹੀ ਉਹਦੇ ਨਾਲੋਂ 50000 ਵੱਧ ਨੇ ਔਰ ਕੋਈ ਜਵਾਬ ਨਹੀਂ ਤੁਸੀਂ ਦੱਸੋ ਜੀ ਫਿਰ ਅਸੀਂ ਫਿਰ ਉਹਦੇ ਖਿਲਾਫ ਕਾਰਵਾਈ ਕਰ ਦਿੰਨੇ ਆ ਅਸੀਂ ਅਸੀਂ ਦੱਸੀਏ ਤੁਹਾਨੂੰ ਕੁਝ ਨਹੀਂ ਪਤਾ ਹੈਗਾ ਮਤਲਬ ਇਹ 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 ਰੀਜ਼ਨ ਨਜ਼ਰ ਆਏ ਨਹੀਂ ਔਰ ਦੂਸਰਾ ਐਤ ਕੀ ਜੇ ਪਿਛਲੇ ਦੇ ਮੁਕਾਬਲੇ ਪਰਾਲੀ ਨੂੰ 50% 40% ਘਟ ਅੱਗ ਲੱਗੀ ਆ ਹੁਣ ਜਿੱਥੇ-ਜਿੱਥੇ ਤਾਂ ਮਸਲੇ ਦਾ ਹੱਲ ਗਿਆ ਹੋ ਉੱਥੇ-ਉੱਥੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਹੈਗੀ ਤਾਂ ਇਹ ਇਹ ਮਸਲਾ ਤਾਂ ਇਸ ਕਰਕੇ ਸਾਡੀ ਆ ਵੀ ਸਰਕਾਰਾਂ ਅਜੇ ਤੱਕ ਜਿਹੜਾ ਜਿਹੜੇ ਜਿਹੜੇ ਹੁਣ ਇਹ ਇਹ ਡੀਜੀਪੀ ਸਾਹਿਬ ਦਾ ਬਿਆਨ ਆਇਆ ਸੀ ਵੀ ਮਾਨਯੋਗ ਸੁਪਰੀਮ ਕੋਰਟ ਦੀਆਂ ਇਨ ਬਿਨ ਹਦਾਇਤਾਂ ਲਾਗੂ ਕਰਾਂਗੇ ਠੀਕ ਹੈ ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਬੋਲ ਰਹੇ ਨੇ ਫਿਰ ਪਈ ਉਹੀ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਕੀਤੇ ਆ ਸਾਨੂੰ ਪਰ 100 ਰੁਪਇਆ ਦੋ ਉਹ 2400 ਰੁਪਇਆ ਪ੍ਰਤੀ ਕਿੱਲੇ ਦਾ ਗਿਆ ਕਿੱਥੇ ਆ ਭਾਵੇਂ ਸਾਡਾ ਖਰਚ 7000 ਰੁਪਇਆ ਅਸੀਂ ਸੁਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨਾਲ ਸਹਿਮਤ ਨਾ ਹੋਈਏ ਵੀ ਪੈਸਾ ਘਟਾ ਪਰ ਜਿਹੜਾ ਫੈਸਲਾ ਕੀਤਾ ਉਹ ਇਨ ਬਿਨ ਕਿਉਂ ਨਹੀਂ ਲਾਗੂ ਹੋਇਆ ਉਹਦਾ ਜਵਾਬ ਤਾਂ ਦੇ ਦਿਓ ਸਾਨੂੰ ਦੂਸਰਾ ਜਿਹੜਾ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਵਾ ਵੀ 5 ਕਿੱਲੇ ਤੱਕ ਕਿਸਾਨ ਦੀ ਪਰਾਲੀ ਢੋਣ ਦਾ ਜਮੀਨ ਹਿੱਟ ਡਿਸਪੋਜ਼ ਕਰਨ ਦਾ ਸਾਰੀ ਮਸ਼ੀਨਰੀ ਸਰਕਾਰ ਮੁਹੱਈਆ ਕਰੂਗੀ ਚਾਹੇ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਉਹਦਾ ਜਵਾਬ ਦੇ ਦਿਓ ਉਹ ਅੱਜ ਤੱਕ ਕਿਉਂ ਨਹੀਂ ਹੋਇਆ ਹੈਗਾ ਜਾਨੀ ਜੜੇ ਫੈਸਲੇ ਕਿਤੇ ਕਿਸਾਨਾਂ ਦੇ ਕੋਈ ਵਿਰੋਧ ਭੁਗਤਨ ਵਾਲੇ ਆ ਉਹ ਤਾਂ ਸਰਕਾਰ ਤੁਰੰਤ ਲਾਗੂ ਕਰਦੀ ਹੈਗੀ ਆ ਔਰ ਜੜੇ ਫੈਸਲੇ ਸਾਡੇ ਹੱਕ ਚ ਹੋ ਜਾਂਦੇ ਆ ਉਹ ਉਹ ਲਾਗੂ ਨਹੀਂ ਕਰਦੀ ਹੈਗੀ